ਪਾਕਿਸਤਾਨ ਆ ਕੇ ਔਰ ਉਸਤਾਦ ਦਾਮਨ ਮੇਲੇ ਤੇ ਆ ਕੇ ਕਿਵੇਂ ਦਾ ਲੱਗ ਰਿਹਾ ਔਰ ਇੱਥੇ ਦੇ ਅਦੀਬਾਂ ਨੂੰ ਸ਼ਾਇਰਾਂ ਨੂੰ ਮਿਲ ਕੇ ਔਰ ਇਸ ਧਰਤੀ ਤੇ ਆ ਕੇ ਆਪਣੇ ਤਸਰਾ ਦਿਓ ਤਰਾ ਗੱਲ ਇਹ ਜੀ ਕਿ ਲਾਹੌਰ ਜੋ ਹੈ ਨਾ ਇਹ ਇੱਕ ਕਲਚਰਲ ਹੱਬ ਹੈ ਇੱਥੇ ਜਿੱਥੇ ਵੀ ਤੁਸੀਂ ਜਾਓ ਕੋਈ ਨਾ ਕੋਈ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੁਣ ਦੋ ਦਿਨ ਤੇ ਬਾਕਾਇਦਾ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਅਲਹਮਰਾ ਦੇ ਵਿੱਚ ਸੂਫੀ ਕਾਨਫਰੰਸ ਚੱਲ ਰਹੀ ਸੀ ਉਹ ਵੀ ਅਟੈਂਡ ਕੀਤੀ ਹੈ ਬੜਾ ਲੁਤਫ ਆਇਆ ਉਹਨੂੰ ਦੇ ਬਾਅਦ ਅੱਜ ਇੱਥੇ ਆਇਆ ਅਤੇ ਉਸਤਾਦ ਦਾਮਨ ਦੇ ਬਾਰੇ 'ਚ ਅੱਜ ਜਿਹੜਾ ਇੱਥੇ ਹੋਇਆ ਔਰ ਇੰਨੇ ਲੋਕ ਕੱਲ੍ਹ ਵੀ ਬੜੇ ਅਦੀਬ ਮਿਲੇ ਸ਼ਾਇਰ ਮਿਲੇ ਅੱਜ ਵੀ ਮਿਲੇ ਪੁਰਾਣੇ ਦੋਸਤ ਮਿਲੇ ਅਤੇ ਬੜਾ ਮਨ ਖੁਸ਼ ਹੋਇਆ ਕਿ ਮੈਂ ਆਪਣੇ ਉਸ ਪੰਜਾਬੀ ਵਸੇਬ ਨੂੰ ਜੇ ਹੰਢਾ ਰਿਹਾ ਇੱਥੇ ਆ ਕੇ ਅਤੇ ਖਾਸ ਤੌਰ 'ਤੇ ਉਸਤਾਦ ਦਾਮਨ ਦਾ ਮੈਂ ਬੜਾ ਹੀ ਯਾਨੀ ਦਿਲੋਂ ਉਹਨਾਂ ਦਾ ਮੈਂ ਉਹ ਹੈ ਮੌਤ ਕਿੱਦਾਂ ਉਹਨਾਂ ਦੀ ਸ਼ਾਇਰੀ ਦਾ ਮੈਂ ਬੜਾ ਪਸੰਦ ਕਰਨਾ ਔਰ ਮੈਂ ਉਹਨਾਂ ਨੂੰ ਉਦੋਂ ਦਾ ਪੜ੍ਹ ਰਿਹਾ ਹਾਂ ਯਾਦ ਉਹਨੂੰ ਸੁਣ ਜਦੋਂ ਦੇ ਮੈਂ ਨਵਾਂ ਲਿਖਣਾ ਸ਼ੁਰੂ ਕੀਤਾ 72-73 'ਚ 71 ਦੇ ਵਿੱਚ ਉਦੋਂ ਦਾ ਮੈਂ ਉਹਨਾਂ ਨੂੰ ਮੈਂ ਸੁਣ ਰਿਹਾ ਅਤੇ ਫਿਰ ਉਹਨਾਂ ਦੇ ਬਾਰੇ ਜਿੰਨੇ ਆਰਟੀਕਲ ਲਿਖੇ ਗਏ ਫੈਜ ਸਾਹਿਬ ਨੇ ਲਿਖਿਆ ਰਾਮੇ ਸਾਹਿਬ ਨੇ ਲਿਖਿਆ ਜਿਹੜੇ ਤੁਹਾਡੇ ਚੀਫ ਮਿਨਿਸਟਰ ਹੁੰਦੇ ਸਨ ਹਨੀਫ ਰਾਮੇ ਸਾਹਿਬ ਉਹਨਾਂ ਨੇ ਉਹਦੇ ਇਲਾਵਾ ਜਗਤਾਰ ਨੇ ਲਿਖਿਆ ਤਕਰੀਬਨ ਸਾਰਾ ਜੋ ਵੀ ਲਿਖਿਆ ਗਿਆ ਉਹਨਾਂ ਬਾਰੇ ਉਹ ਮੈਂ ਸਾਰਾ ਪੜ੍ਹਿਆ ਔਰ ਮੈਂ ਆਪ ਵੀ ਉਹਨਾਂ ਬਾਰੇ ਦੋ ਤਿੰਨ ਆਰਟੀਕਲ ਲਿਖੇ ਮੇਰੀ ਕਿਤਾਬ ਹੈ ਇੱਕ ਮੇਰੇ ਰੰਗ ਦੇ ਅੱਖਰ ਉਹਦੇ 'ਚ ਬਾਕਾਇਦਾ ਉਹਨਾਂ ਦਾ ਆਰਟੀਕਲ ਮੌਜੂਦ ਹੈ ਅਤੇ ਗੱਲ ਇਹ ਜੀ ਕਿ ਮੈਨੂੰ ਪੰਜਾਬ ਆ ਕੇ ਬੜਾ ਅੱਛਾ ਲੱਗਦਾ ਜਦ ਵੀ ਆਉਂਦਾ ਉਹ ਤੁਹਾਡੇ ਜਿਹੇ ਲੋਕ ਕਈ ਜਿਹੜੇ ਮੇਰਾ ਇੰਟਰਵਿਊ ਕਰਦੇ ਨੇ ਇਸ ਤੋਂ ਪਹਿਲੇ ਵੀ ਇੱਥੇ ਉਹ ਜਿਹੜਾ ਉਰਦੂ ਪੁਆਇੰਟ ਵਾਲਿਆਂ ਨੇ ਮੇਰਾ ਇੰਟਰਵਿਊ ਕੀਤਾ ਤਾ ਹੋਰ ਵੀ ਕਈ ਲੋਕਾਂ ਨੇ ਕਈ ਚੈਨਲਾਂ ਨੇ ਮੇਰੇ ਇੰਟਰਵਿਊ ਕੀਤੇ ਔਰ ਤੋਂ ਹੋਰ ਤੁਸੀਂ ਦੇਖੋ ਕਿ ਉੱਥੋਂ ਯੂਰਪ ਤੋਂ ਯਾਨੀ ਲੰਡਨ ਤੋਂ ਮੇਰੀ ਧੀਆਂ ਵਗੈਰਾ ਕੀ ਹੈ ਸ਼ਗੁਫਤਾ ਗਿੰਮੀ ਔਰ ਤੁਹਾਨੂੰ ਮੈਂ ਦੱਸਾਂ ਕਿ ਉਹਨਾਂ ਦੇ ਜਿਹੜੇ ਫਾਦਰ ਸਨ ਨਾ ਸਲੀਮ ਖਾਨ ਗਿੰਮੀ ਮੈਂ ਤਾਂ ਇਕੱਠੇ ਛਪਦੇ ਸਾਂ ਇੱਥੇ ਲਹਿਰਾਂ ਦੇ ਵਿੱਚ ਸੂਰਜਮੁਖੀ ਮੈਗਜ਼ੀਨ ਨਿਕਲਦੀ ਉਹਦੇ ਅਸੀਂ ਛਪਦੇ ਸਾਂ ਅਤੇ ਉਹਨਾਂ ਦੀ ਬੇਟੀ ਹੈ ਇੱਕ ਵਾਰੀ ਉਹਨਾਂ ਨੇ ਮੈਨੂੰ ਜਿਹੜਾ ਕੰਟੈਕਟ ਕੀਤਾ ਰੱਖਿਆ ਜੀ ਤੁਸੀਂ ਮੇਰੇ ਫਾਦਰ ਦੇ ਉਹਨੂੰ ਜਾਣਦੇ ਮੈਂ ਕਿਹਾ ਮੈਂ ਜਾਣਦਾ ਚੰਗੀ ਤਰ੍ਹਾਂ ਅਤੇ ਔਰ ਸਾਡੇ ਇੱਕ ਸ਼ਾਇਰ ਹਨ ਤਾਲਬ ਚਿਸ਼ਤੀ ਉਹ ਜੰਮੂ ਦੇ ਸਨ ਅਤੇ ਉਹਨਾਂ ਨੂੰ ਪਹਿਲੇ ਵਾਰੀ ਇੰਟਰੋਡਿਊਸ ਵੀ ਕੀਤਾ ਸੀ ਜਿਹੜਾ ਉਹ ਸਲੀਮ ਖਾਨ ਗੰਮੀ ਨੇ ਕੀਤਾ ਸੀ ਅਤੇ ਉਹਨਾਂ ਦਾ ਇੱਕ ਮਸ਼ਹੂਰ ਗੀਤ ਹੈ ਕਿ ਜਿਹੜਾ ਸ਼ੌਕਤ ਅਲੀ ਨੇ ਗਾਇਆ ਹੈ ਜੀ ਅਤੇ ਮਤਲਬ ਉਹਨਾਂ ਦਾ ਕੰਮ ਹੀ ਇਹ ਸੀ ਸਲੀਮ ਖਾਨ ਗੰਮੀ ਦਾ ਕਿ ਨਵੇਂ ਨਵੇਂ ਆਰਟਿਸਟਾਂ ਨੂੰ ਲਿਆਉਣਾ ਇੰਟਰੋਡਿਊਸ ਕਰਨਾ ਰੇਡੀਓ 'ਤੇ ਅਤੇ ਅੱਜ ਉਹਦੀ ਧੀ ਜਿਹੜੀ ਉਹੀ ਕੰਮ ਕਰ ਰਹੀ ਹੈ ਬੜਾ ਅੱਛਾ ਕੰਮ ਕਰ ਰਹੀ ਹੈ ਕਿ ਉਹ ਇੰਟਰਵਿਊ ਕਰਦੀ ਹੈ ਇੰਡੀਆ ਦੇ ਪਾਕਿਸਤਾਨ ਦੇ ਖਾਸ ਤੌਰ 'ਤੇ ਪੰਜਾਬੀ ਅਦੀਬਾਂ ਦੇ ਔਰ ਪੰਜਾਬੀ ਕਲਚਰ ਦੇ ਬਾਰੇ ਪੰਜਾਬੀ ਸੰਗੀਤ ਦੇ ਬਾਰੇ ਉਹਦੇ ਇੰਟਰਵਿਊ ਬੜੇ ਜਾਨਦਾਰ ਹੁੰਦੇ ਨੇ ਔਰ ਮੈਂ ਵੀ ਉਹਦੇ ਸ਼ਾਮਿਲ ਹੋਏਗਾ ਅਤੇ ਬਾਕੀ ਇੱਥੇ ਜਿਹੜੇ ਮੈਂ ਜਿਹੜੇ ਇੱਥੇ ਪ੍ਰੋਗਰਾਮ ਆਣ ਕੇ ਦੇਖੇ ਔਰ ਉਹਨਾਂ ਪੁਰਾਣੇ ਲੋਕਾਂ ਨੂੰ ਮਿਲਿਆ ਸਾਰਿਆਂ ਨੂੰ ਉਹ ਚਿਹਰੇ ਵੀ ਦੇਖੇ ਜਿਹੜੇ ਅਸੀਂ ਕਦੀ ਸਹਿਕਦੇ ਸਹਿਕਦੇ ਦੇਖੀ ਅਸੀਂ ਉਹਨਾਂ ਚਿਹਰਿਆਂ ਨੂੰ ਉਹ ਵੀ ਮਿਲੇ ਇੱਥੇ ਆਣ ਕੇ ਅਤੇ ਰੱਬ ਤੁਹਾਨੂੰ ਖੁਸ਼ ਰੱਖੇ ਖੁਸ਼ਹਾਲ ਰੱਖੇ ਤੁਸੀਂ ਜਿਹੜੀਆਂ ਇਹ ਪੁਤਲ ਫੁਤਲ ਸਿਆਸੀ ਜਾਂ ਕੋਈ ਸਮਾਜੀ ਇਹਨਾਂ ਤੋਂ ਬਾਹਰ ਨਿਕਲੋ ਔਰ ਤਰੱਕੀ ਕਰੋ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਅਗਰ ਸਲਾਮਤ ਹੋ ਤਾਂ ਸਾਰੇ ਸਲਾਮਤ ਹੋ ਅਤੇ ਮੇਰੀ ਦੁਆਵਾਂ ਤੁਹਾਡੇ ਨਾਲ ਬਸ ਠੀਕ ਹੈ ਜੀ